ਜਲੰਧਰ ਤੋਂ ਇੱਕ ਵਾਰ ਫਿਰ ਨੀਟੂ ਸ਼ਟਰਾ ਵਾਲਾ ਸੁਰਖੀਆਂ ਦੇ ਵਿੱਚ ਆ ਗਿਆ। ਉਰਦਾ ਪ੍ਰਧਾਨ ਮੰਤਰੀ ਬਨਨ ਬਾਰੇ ਇੱਕ ਵੱਡਾ ਬਿਆਨ ਸਾਹਮਣੇ ਆਇਆ। ਬਿਆਨ ਸਾਹਮਣੇ ਆਉਣ ਦੀ ਵਜ੍ਹਾ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਦੀ ਦਾ ਰਵਨੀਤ ਸਿੰਘ ਬਿੱਟੂ ਦੇ ਬਾਰੇ ਵਿੱਚ ਦਿੱਤਾ ਬਿਆਨ ਹੈ। ਦਰਸਲ ਬੀਤੇ ਦਿਨਾਂ ਵਿੱਚ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪੱਤਰਕਾਰਾਂ ਵੱਲੋਂ ਭਾਜਪਾ ਗੁਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਦੱਸਣ ਦੇ ਬਾਰੇ ਵਿੱਚ ਸਵਾਲ ਕੀਤਾ ਗਿਆ ਸੀ ਤੇ ਉਹਦੇ ਉੱਤੇ ਤੰਜ ਕਰਦਿਆ। ਚਰਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਨੀਟੂ ਛਟਰਾਵਾਲਾ ਮੁੱਖ ਮੰਤਰੀ ਬਣ ਸਕਦਾ ਪਰ ਰਵਨੀਤ ਸਿੰਘ ਬਿੱਟੂ ਨਹੀਂ ਬਣ ਸਕਦਾ ਕਿਸੇ ਸਿਆਣੇ ਬੰਦੇ ਦੀ ਗੱਲ ਕਰ ਲਓ ਇਸ ਤੋਂ ਬਾਅਦ ਇਹ ਮਾਮਲਾ ਥੰਮਦਾ ਹੁਣ ਨਜ਼ਰ ਨਹੀਂ ਆ ਰਿਹਾ ਤਾਜ਼ਾ ਵੀਡੀਓ ਇੱਕ ਸਾਹਮਣੇ ਆਇਆ ਜਿਸ ਦੇ ਵਿੱਚ ਖੁਦ ਨੀਟੂ ਛਟਰਾਵਾਲਾ ਕਹਿੰਦਾ ਸੁਣਿਆ ਗਿਆ ਕਿ ਪੂਰੀ ਸਟੇਟਮੈਂਟ ਮੇਰੇ ਕੋਲ ਸੀ ਮੈਂ ਸੀਐਮ ਨਹੀਂ ਪੀਐਮ ਬਣਨਾ ਚਾਹੁੰਦਾ ਨੀਟੂ ਛਟਰਾਵਾਲੇ ਨੇ ਕਿਹਾ ਕਿ ਜੇਕਰ ਮੈਂ ਨਹੀਂ ਮੇਰਾ ਮੁੰਡਾ ਵੱਡਾ ਹੋ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੋਟੇ ਅਹੁਦੇ ਨੂੰ ਹੱਥ ਨਹੀਂ ਪਾਉਣਾ ਵੱਡੇ ਅਹੁਦੇ ਦੇਖਾਂਗੇ ਉਸ ਨੇ ਆਖਿਆ ਕਿ ਦੇਸ਼ ਵਿੱਚ ਮਹਿੰਗਾਈ ਇੰਨੀ ਵਧ ਗਈ ਹੈ ਕਿ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ ਰਾਸ਼ਨ ਤੋਂ ਲੈ ਕੇ ਟੋਲ ਟੈਕਸ ਤੱਕ ਮਹਿੰਗੇ ਹੋ ਚੁੱਕੇ ਨੇ ਅੱਜ ਤੱਕ ਕਿਸੇ ਵਿਧਾਇਕ ਨੇ ਇਹ ਗੱਲ ਨਹੀਂ ਆਖੀ ਉਹਨਾਂ ਨੇ ਆਖਿਆ ਕਿ ਮੈਂ ਜ਼ਿਆਦਾ ਨਹੀਂ 4 ਘੰਟਿਆਂ ਲਈ ਪ੍ਰਧਾਨ ਮੰਤਰੀ ਬਣਨਾ ਬਸ ਫਿਰ ਇੰਡੀਆ ਅਮੀਰ ਕਰਕੇ ਆਪਣੇ ਦੇਸ਼ ਵਿੱਚ ਵਾਪਸ ਆ ਜਾਣਾ ਸਾਡਾ ਦੇਸ਼ ਅਮਰੀਕਾ ਇੰਗਲੈਂਡ ਤੇ ਕੈਨੇਡਾ ਤੋਂ ਵੀ ਅੱਗੇ ਹੈ ਬਸ ਰਾਜਨੀਤੀ ਸਾਡੇ ਦੇਸ਼ ਨੂੰ ਮਾਰਦੀ ਹੈ। ਬਾਕੀ ਚਰਨਜੀਤ ਸਿੰਘ ਚੰਨੀ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿਹਾ ਕਿ ਮੈਨੂੰ ਸੀਐਮ ਬਣਾਓ ਪਰ ਚੰਨੀ ਜੀ ਸੀਐਮ ਨਹੀਂ ਮੈਂ ਪੀਐਮ ਬਣਨਾ ਚਾਹੁੰਦਾ। ਇਹ ਨੀਚੋ ਛਟਰਾ ਵਾਲੇ ਦਾ ਦਿੱਤਾ ਹੋਇਆ ਬਿਆਨ ਹੈ। ਦੂਜੇ ਪਾਸੇ ਨੀਚੋ ਛਟਰਾ ਵਾਲੇ ਨੇ ਕਿਹਾ ਕਿ ਪੰਜਾਬ ਦੇ ਸੀਐਮ ਨੇ ਦਿੱਤੀਆਂ ਹੋਣਗੀਆਂ ਨੌਕਰੀਆਂ ਪਰ ਸਾਨੂੰ ਤਾਂ ਕੋਈ ਨੌਕਰੀ ਨਹੀਂ ਮਿਲੀ। ਇਹ ਫੜਾ ਜ਼ਿਆਦਾ ਮਾਰਦੇ ਨੇ ਕਿਸੇ ਆਮ ਸ਼ਰੀਪ ਬੰਦੇ ਨੂੰ ਵੋਟ ਪਾ ਕੇ ਜਿਤਾਓ ਸਿਰਫ ਇੱਕ ਮੌਕਾ ਦਿਓ। ਭਾਰਤ ਦੇਸ਼ ਦੇ ਲੋਕ ਵੀ ਯਾਦ ਕਰਨਗੇ ਕਿ ਅਸੀਂ ਕਿਸੇ ਨੂੰ ਮੌਕਾ ਦਿੱਤਾ ਸੀ ਨੀਟੂ ਸ਼ਟਰਾ ਵਾਲਾ ਅਸਲ ਦੇ ਵਿੱਚ ਜਲੰਧਰ ਦਾ ਰਹਿਣ ਵਾਲਾ ਲੋਹੇ ਦਾ ਕਾਰੀਗਰ ਹੈ ਤੇ ਉਸ ਦੀ ਨਾਲ-ਨਾਲ ਇਹ ਵੀ ਹੈ ਕਿ ਉਸ ਦੀ ਉਮਰ ਜਿਹੜੀ ਹੈ ਇਸ ਵੇਲੇ 39 ਸਾਲ ਦੀ ਹੋ ਚੁੱਕੀ ਹੈ ਤੇ ਨੀਟੂ ਸ਼ਟਰਾ ਵਾਲੇ ਨੇ 2019 ਦੀਆਂ ਲੋਕ ਸਭਾ ਚੋਣਾਂ ਆਪਣੀ ਕਿਸਮਤ ਦੇ ਵਿੱਚ ਉਹਦੇ ਵਿੱਚ ਅਜਮਾਈ ਸੀ ਜੋ ਕਿ ਚੋਣ ਜਿੱਤਣ ਦੇ ਕਾਰਨ ਨਹੀਂ ਸਗੋਂ ਹਾਰ ਕਰਨ ਸੂਖੀਆਂ ਦੇ ਵਿੱਚ ਆਇਆ ਸੀ ਸੋਸ਼ਲ ਮੀਡੀਆ ਉੱਤੇ ਨੀਟੂ ਉਸ ਸਮੇਂ ਵਾਇਰਲ ਹੋਇਆ ਜਦੋਂ ਹਾਰਨ ਦੇ ਮਗਰੋਂ ਉਹ ਫੋਟੋ ਫੋਟ ਕਰ ਰੋਇਆ ਤੇ ਉਸ ਨੇ ਆਖਿਆ ਕਿ ਉਸ ਨੂੰ ਸਿਰਫ 5 ਹੀ ਵੋਟਾਂ ਪਈਆਂ ਉਹਦੇ ਆਪਣੇ ਹੀ ਘਰ ਦੇ ਮੈਂਬਰਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਹੁਣ ਫਿਰ 224 ਦੇ ਵਿੱਚ ਵੀ ਉਹ ਜਲੰਧਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਚ ਉਤਰਿਆ ਸੀ ਤੇ ਜਦ ਦੌਰਾਨ ਮੁਰ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਜਿਮਨੀ ਚੌਂ ਦੇ ਵਿੱਚ ਮਹਿਜ਼ 236 ਵੋਟਾਂ ਪਈਆਂ ਸੀ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਇਹਨਾਂ ਚੋਣਾਂ ਦੇ ਵਿੱਚ ਜੇਤੂ ਰਹੇ ਸੀ ਜ਼ਿਕਰ ਜੋ ਇਹ ਹੈ ਕਿ ਨੀਚੂ ਸ਼ਟਰਾ ਵਾਲਾ ਜਿੰਨੀ ਵਾਰ ਵੀ ਚੋਣ ਮੈਦਾਨ 'ਚ ਖੜਾ ਹੋਇਆ ਉਹਦੀ ਓਨੀ ਵਾਰੀ ਜਮਾਨਤ ਜਬਤ ਹੋਈ ਹੈ ਪਰ ਨੀਚੂ ਸ਼ਟਰਾ ਵਾਲੇ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਉਸ ਨੂੰ ਪਸੰਦ ਕਰਦੇ ਨੇ ਤੇ ਉਹਦੇ ਨਾਲ ਅੱਛੀ ਜਿਹੜੀ ਉਹਨਾਂ ਦੀ ਗੱਲਬਾਤ ਹੈ ਤੇ ਇੰਸਟਾਗ੍ਰam ਦੇ ਉੱਤੇ ਨੀਚੂ ਸ਼ਟਰਾ ਵਾਲਾ ਦੇ 95000 ਤੋਂ ਵੱਧ ਫੋਲੋਅਰਸ ਨੇ ਤੇ ਉਸ ਨੇ ਆਪਣੇ ਕੋਲ ਜਾਇਦਾਦ ਜਿਹੜੀ ਹੈ ਉਹ 80000 ਰੁਪਏ ਦੇ ਕਰੀਬ ਅਤੇ ਸੈਲਫ ਇਨਕਮ ਜਿਹੜੀ ਹੈ 4 ਲੱਖ 2000 ਰੁਪਏ ਅਤੇ ਕੋਲ ਇਹਨਾਂ ਕੰਮ ਜੜੀ ਉਹਦੇ 9 ਲੱਖ ਰੁਪਏ ਆ। ਉਸਨੇ ਕਈ ਗੀਤ ਵੀ ਬਣਾਏ ਤੇ YouTube ਉੱਤੇ ਅਪਲੋਡ ਵੀ ਕੀਤੇ ਨੇ। ਉਹ ਲਗਾਤਾਰ ਕਈ ਤਰ੍ਹਾਂ ਦੀਆਂ ਕਮੇਟੀਆਂ ਕਰਕੇ ਸੋਸ਼ਲ ਮੀਡੀਆ ਉੱਤੇ ਸੁਰੱਖਿਆ ਦੇ ਵਿੱਚ ਵੀ ਰਹਿੰਦਾ ਹੈ। ਤੇ ਇਸ ਦੇ ਨਾਲ ਨਾਲ ਨੀਚੂ ਛਟਰਾ ਵਾਲੇ ਨੇ ਪਹਿਲਾਂ ਵੀ ਚੋਣਾਂ ਲੜੀਆਂ ਤੇ ਹੁਣ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਵੇਂ ਨੀ ਚੋਣਾਂ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਜੇਕਰ ਉਹਨਾਂ ਨੂੰ ਸਹੀ ਤਾਂ ਦੇ ਉੱਤੇ ਡੇਟ ਪਤਾ ਲੱਗ ਜਾਂਦੀ ਤਾਂ ਉਹ ਚਾਰੇ ਥਾਵਾਂ ਦੇ ਉੱਤੇ ਆਪਣੇ ਬੰਦੇ ਖੜੇ ਕਰਦੇ ਪਰ ਦੋ ਥਾਵਾਂ ਤੇ ਉਹਨੇ ਅਜੇ ਵੀ ਜਿਹੜੇ ਬੰਦੇ ਨੇ ਉਹ ਖੜੇ ਕੀਤੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਰ ਉਹਨਾਂ ਦੇ ਬੰਦੇ ਜਿਹੜੇ ਨੇ ਪਾਰਟੀ ਦੇ ਬੰਦੇ ਨੇ ਉਹਨਾਂ ਦੇ ਉਹ ਹੁਣ ਜਿੱਤਦੇ ਜਾਂ ਨਹੀਂ ਇਹ ਤਾਂ ਸਮਾਂ ਦੱਸੂਗਾ ਪਰ ਫਿਲਹਾਲ ਨਿਊਟੋ ਛਟਨਾਵਾਲੇ ਨੇ ਚਰਨਜੀਤ ਸਿੰਘ ਚੰਨੀ ਦੇ ਦਿੱਤੇ ਬਿਆਨ ਨੂੰ ਲੈ ਕੇ ਸੀਐਮ ਦੀ ਨਹੀਂ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰ ਦਿੱਤੀ ਹੈ ਤੇ ਕਹਿ ਦਿੱਤਾ ਕਿ ਮੈਂ ਪ੍ਰਧਾਨ ਮੰਤਰੀ ਬਣੂੰਗਾ